मछुआड़ा के है, अभिषेक नाम है मेरा। जी मेरे घर वाले से दवाई लेने वास्ते मांग रहे हैं। क्या हुआ क्या? मेरी सरकारी में 3 बजे रात तक गया था, सरकारी वाले कहते पहले क्या इसको अभी नहीं होगा, दर्द चलने लग गया, फिर भी क्या फुल दर्द चल रहा, फिर भी कहते अभी नहीं होना, फिर कह टीका ला के देख लिया, फिर बच्चेदानी का मुँह नहीं खिलाएगा, फिर कहते क्या नहीं उड़े कोई डॉक्टर नहीं है, क्या तुम प्राइवेट से जाओ, नहीं तो पहले क्या लुधियाना था लेकिन सरकारी मछुआड़ा जी। हाँ जी। अच्छा फिर क्यों उन्होंने लुधियाना था लिखता हमारा, जब कल्ला बंदा में कैसे जाता मछुआड़ा मिलना था, मेरे पास में कोई गाड़ी ना घोड़ा, बेचारे वो रेहड़ी वाली जो साइकिल आ रही है वो थी, वो भी बेच दी मैंने, मेरे घर वाले थे इलाज थे महाराज, पूरे 15,000 लग गए, सारा कुछ बचा, कुछ भी नहीं बचा था। मेरे घर वाले थे डिलीवरी आनंद अस्पताल से हुई है। हाँ जी वीर जी, दवाई वास्ते पैसे नॉर्मल हुई है जी महाराज जी। समराले शहर दे विच एक बंदा भीख मंग रहा सी कि उन्हें अपनी घरवाली दा उहदे बच्चा होया सी ते प्राइवेट हॉस्पिटल उहनूं डिलीवरी करवाउणी पई, उस वास्ते उहदे कोल पैसे नहीं सी ते उह बेचारा दुकानां दे उत्ते भीख मंग के अपने पैसे पूरे कर रहा। देखो एक पासे पंजाब सरकार दावे करती आ भी साढ़े को महला क्लीनिक खुल गए, साढ़े को डॉक्टर बहुत हो गए, जिथे कि असलीयत की आ, यह जिहड़ा सज्जन पैसे मंग रहा सी मछवाड़े के पिंडां 'च बिलोंग करता, मछवाड़ा जिहड़ा साडा सिविल हॉस्पिटल आ उत्थे दी जिहड़ी हालात इस टाइम यह ने भी उत्थे 6 डॉक्टरां दी जगह ते पक्के तौर ते 1 डॉक्टर उत्थे बहिंदे ने ऑन ड्यूटी ते बाकी केवल ड्यूटी लाउण टाइम टू टाइम जिहदी लोड़ पैंदी उहनूं बुला लैंदे आ, ਅਤੇ 9 ਨਰਸਾਂ ਦੀ ਜਗ੍ਹਾ ਆ ਜਿਹਦੇ ਵਿੱਚੋਂ 2 ਨਰਸਾਂ ਪੱਕੀਆਂ ਨੇ ਅਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸੱਦ। ਇਹ ਹਾਲਾਤ ਨੇ ਅਤੇ ਖੁਦ ਜੇ ਮੈਂ ਕਹਾਂ ਵੀ ਉੱਥੇ ਆਪਣਾ ਸਟਾਫ ਅਤੇ SMO ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਨਹੀਂ, ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਮਛਵਾੜਾ ਸ਼ਹਿਰ ਨੂੰ ਕਵਰ ਕਰਦਾ। ਦੇਖੋ ਇਹ ਹਾਲਾਤ ਕੀ ਬਣੇ ਨੇ, ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਅਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ, ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਆ, ਬਲਕਿ ਚਾਹੀਦਾ ਕੀ ਆ ਵੀ ਕੋਈ ਵੀ ਪ੍ਰੈਗਨੈਂਸੀ ਕੋਈ ਵੀ ਕੁਛ ਹੁੰਦਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕੇ 'ਤੇ, ਜੇ ਕੋਈ ਅਣਸੁਖਾਵੀਂ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ? ਪੰਜਾਬ ਸਰਕਾਰ ਦੇ ਫੋਕੇ ਦਾਅਵੇ ਨੇ, ਇਹ ਕਹੀ ਜਾਂਦੀ ਆ ਵੀ ਅਸੀਂ ਮੈਂ ਜਿਹੜਾ ਹੈਗਾ ਇਸ ਲਾਈਨ ਦੇ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ, ਪਰ ਅਸਲੀਅਤ ਇਹ ਨੇ ਵੀ ਇਹਨਾਂ ਨੇ ਕੇਵਲ ਭੰਡੀ ਪ੍ਰਚਾਰ ਕੀਤਾ, ਕੇਵਲ ਪੋਸਟਰਾਂ 'ਤੇ ਪ੍ਰਚਾਰ ਕੀਤਾ ਅਤੇ ਮੌਜੂਦਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪਤਾਲ ਸਮਰਾਲਾ ਆ, ਮਛਵਾੜਾ ਅਤੇ ਸਮਰਾਲਾ ਦੋਨੇ ਜੇ ਮੈਂ ਕਹਾਂ ਇਸ ਹਲਕੇ ਦੇ ਵਿੱਚ ਪੈਂਦੇ ਨੇ, ਅਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ, ਚਾਹੇ ਜੇ ਲੁਧਿਆਣੇ ਵੀ ਕਰਨਗੇ ਤਾਂ ਕਿਹਦੀ ਸ਼ਮਤਾ ਹੁੰਦੀ? ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ, ਬੰਦਾ ਲੁਧਿਆਣੇ ਜਾਊ ਕਿ ਮੌਕੇ 'ਤੇ ਇਲਾਜ ਕਰਾਓ? ਅਤੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ? ਸਰਾਸਰੇ ਸਰਕਾਰ ਇੱਥੇ ਕਸੂਰਵਾਰ ਆ, ਪ੍ਰਸ਼ਾਸਨ ਇੱਥੇ ਕਸੂਰਵਾਰ ਆ, ਅਤੇ ਇੱਥੇ ਤੱਕ ਸੁਣਨ ਨੂੰ ਮਿਲਿਆ ਵੀ ਮਛਵਾੜਾ ਸ਼ਹਿਰ ਦੇ ਵਿੱਚ ਕਈ ਧਨਾੜ ਬੰਦਿਆਂ ਦੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ ਅਤੇ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ। ਇਹ ਬਹੁਤ ਵੱਡਾ ਨੈਕਸਸ ਆ ਜਿਹਦੀ ਜਾਂਚ ਹੋਣੀ ਚਾਹੀਦੀ ਆ, ਪੜਤਾਲ ਹੋਣੀ ਚਾਹੀਦੀ, ਅਤੇ ਕਸੂਰਵਾਰ ਚਾਹੇ ਡਾਕਟਰ ਨੇ, ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ, ਉਹਨਾਂ 'ਤੇ ਬਣਦੀ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ। ਸਾਡੇ ਧਿਆਨ 'ਚ ਗੱਲਾਂ ਆਈਆਂ ਨੇ ਵੀ ਪਿਛਲੇ ਸਮੇਂ ਤੋਂ ਵੀ ਜਦੋਂ ਡਾਕਟਰ ਨਹੀਂ ਸੀ ਇਹ ਲੋਕਲ ਰੈਫਰ ਕਰੀ ਜਾਂਦੇ ਸੀ, ਕਿਉਂਕਿ ਇਹਨਾਂ ਦਾ ਇੱਕ ਨੈਕਸਸ ਬਣਿਆ ਹੋਇਆ ਉੱਥੇ। ਜੇ ਮੈਂ ਇਹ ਗੱਲ 'ਤੇ ਮੈਂ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰਦਾ, ਪ੍ਰਾਈਵੇਟ ਹਸਪਤਾਲ ਨਾਲ ਨੈਕਸਸ ਬਣਾ ਕੇ ਤੁਸੀਂ ਇਹ ਦੱਸੋ ਵੀ ਅੱਜ ਹਸਪਤਾਲ ਕਿੰਨੀਆਂ ਡਿਲੀਵਰੀਆਂ ਹਰ ਰੋਜ਼ ਹੋਣਗੀਆਂ। ਸਿਵਲ ਹਸਪਤਾਲ ਗਰੀਬ ਅਤੇ ਜ਼ਰੂਰਤਮੰਦ ਬੰਦੇ ਜਾਂਦੇ ਆ, ਉਹਨਾਂ ਦੀ ਮੈਡੀਕਲ ਦਾ ਇਹਨਾਂ ਨੂੰ ਇੰਨਾ ਕੁ ਫਿਕਰ ਆ ਵੀ 6 ਮਹੀਨਿਆਂ ਤੋਂ ਕਹਿੰਦੇ ਵੀ ਲਿਖੀ ਜਾਂਦੇ ਆ ਪਰ ਸਰਕਾਰ ਬੰਦਾ ਨਹੀਂ ਦੇ ਰਹੀ। ਪਰ ਇੱਥੇ ਇਹਨਾਂ ਦੀ ਮਨਸ਼ਾ ਦੇ ਵਿੱਚ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ, ਕਿਉਂਕਿ ਇਹ ਜਿਹੜੇ ਉੱਥੇ ਦੇ ਬੰਦੇ ਨੇ ਉਹ ਰੈਫਰ ਉੱਥੇ ਲੋਕਲ ਹਸਪਤਾਲ ਨੂੰ ਕਰੀ ਜਾਂਦੇ।
ਜਿਹੜੇ ਗਾਇਨੀ ਉੱਥੇ ਲੋਕਲ ਹਸਪਤਾਲਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜਾ ਸਿਵਲ ਹਸਪਤਾਲ ਆ ਇਹਨਾਂ ਦੇ ਸਿੱਧੀਆਂ ਤਾਰਾਂ ਆਪਾਂ ਜੁੜਨਗੀਆਂ, ਇਹਦੀ ਪੂਰਨ ਤੌਰ ਦੇ ਉੱਤੇ ਇਹ ਇਨਕੁਆਇਰੀ ਹੋਣੀ ਚਾਹੀਦੀ ਆ। ਪਿਛਲੇ ਜਿੰਨੇ ਵੀ ਇੱਥੇ ਅੱਜ ਤੱਕ ਡਿਲੀਵਰੀਆਂ ਹੋਈਆਂ ਨੇ ਮਛਵਾੜੇ ਇਲਾਕੇ ਦੇ ਵਿੱਚ ਸਾਰਿਆਂ ਦੀ ਪੜਤਾਲ ਕਰਨੀ ਚਾਹੀਦੀ ਆ, ਅਤੇ ਤੁਹਾਨੂੰ ਪਤਾ ਲੱਗੂ ਕਿ ਕਾਫੀ ਵੱਡਾ ਨੈਕਸਸ ਡਾਕਟਰਾਂ ਦਾ ਮੈਡੀਕਲ ਮਾਫੀਆ ਦਾ ਇੱਥੇ ਚੱਲ ਰਿਹਾ। ਤਾਂ ਜਾਂਚ ਦਾ ਵਿਸ਼ਾ ਵੀ ਇੱਕ ਤਾਂ, ਦੂਸਰੀ ਗੱਲ ਆਮ ਬੰਦਾ ਜਿਹੜਾ ਹੁੰਦਾ ਨਾ ਜਦੋਂ ਤੁਸੀਂ ਇੱਕ ਕ੍ਰਿਟੀਕਲ ਤੁਸੀਂ ਕਹਿ ਕੇ ਉਹਨਾਂ ਨੂੰ ਭੇਜਤਾ, ਬਲਕਿ ਉਹਨਾਂ ਦੀ ਡਿਲੀਵਰੀ ਇੱਕ ਨੋਰਮਲ ਡਿਲੀਵਰੀ ਕੀਤੀ ਗਈ ਆ, ਕਿਉਂਕਿ ਉੱਥੇ ਮੌਜੂਦਾ ਇੱਕ ਸਪੈਸ਼ਲਿਸਟ ਗਾਇਨੀ ਡਾਕਟਰ ਸੀ ਜਿਨ੍ਹਾਂ ਨੇ ਉਹਨਾਂ ਨੂੰ ਮੌਕੇ 'ਤੇ ਦੇਖ ਲਿਆ, ਅਤੇ ਕੇਵਲ ਇਹ ਕਹਿ ਦੇਣਾ ਵੀ ਸਾਡੇ ਕੋਲ 6 ਮਹੀਨਿਆਂ ਤੋਂ ਹੈ ਨਹੀਂ, ਜੇ ਇੱਥੇ ਵੀ ਡਾਕਟਰ ਹੁੰਦਾ ਸਰਕਾਰੀ ਹਸਪਤਾਲ ਤਾਂ ਯਕੀਨਨ ਇਹ ਵੀ ਉੱਥੇ ਨੋਰਮਲ ਡਿਲੀਵਰੀ ਹੋ ਸਕਦੀ, ਜਿੱਥੇ ਕਿ ਇਹਨੂੰ ਇਸ਼ੂ ਬਣਾਇਆ ਜਾ ਰਿਹਾ ਹਾਈਪਰ ਟੈਂਸ਼ਨ ਜੀ ਆ ਜੀ ਉਹ ਜੀ, ਬਲਕਿ ਉੱਥੇ ਉਹਨਾਂ ਨੇ ਨੋਰਮਲ ਡਿਲੀਵਰੀ ਕਰਵਾਈ ਆ। ਸੋ ਇਹ ਮੈਂ ਕਹਿਣਾ ਚਾਹੁੰਦਾ ਵੀ ਜੇ ਉੱਥੇ ਡਾਕਟਰ ਮੌਜੂਦ ਹੁੰਦੇ ਤਾਂ ਯਕੀਨਨ ਇਹ ਫੈਸਿਲਿਟੀ ਉਹਨਾਂ ਨੂੰ ਫਰੀ ਆਫ ਕੋਸਟ ਸਰਕਾਰੀ ਹਸਪਤਾਲ ਮਿਲ ਸਕਦੀ ਸੀ, ਜਿਹੜੀ ਉਹਨਾਂ ਨੂੰ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲ ਜਾਣਾ। ਡਾਕਟਰ ਜਸਦੇਵ ਸਿੰਘ, SMO ਇੰਚਾਰਜ CSE ਮਛੀਵਾੜਾ। ਡਾਕਟਰ ਸਾਹਿਬ, ਇੱਕ 14 ਤਰੀਕ ਦਾ ਕੇਸ ਆਇਆ ਸੀ ਰਾਤੀ ਡਿਲੀਵਰੀ ਲਈ, ਉਹਨਾਂ ਦਾ ਕਹਿਣਾ ਵਾ ਵੀ ਕੋਈ ਉਹਨਾਂ ਨੇ ਖਿਆਲ ਨਹੀਂ ਰੱਖਿਆ ਅਤੇ ਸਾਨੂੰ ਕੋਪਰੇਟ ਨਹੀਂ ਕੀਤਾ, ਵੀ ਟ੍ਰਾਂਸਫਰ ਹੋਰ ਗਾਹਾਂ ਕਿਸੇ ਉਹ 'ਚ ਕਰਤਾ, ਹੋਸਪਿਟਲ 'ਚ ਰੈਫਰ ਕਰਤਾ। ਹਾਂ, ਇਹਦੇ ਬਾਰੇ ਮੈਂ ਐਜ਼ ਪਰ ਰਿਕੋਰਡ ਸਾਡੇ ਸਟਾਫ ਨਰਸ ਔਨ ਡਿਊਟੀ ਜਿਹੜੇ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ 'ਤੇ ਮੌਜੂਦ ਨੇ, ਉਹਨਾਂ ਤੋਂ ਐਜ਼ ਪਰ ਰਿਕੋਰਡ ਜਿਹੜਾ ਸਾਰਾ ਵੇਰੀਫਾਈ ਕੀਤਾ ਹੈਗਾ। ਇਹਦੇ ਵਿੱਚ ਜਿਹੜਾ ਕੇਸ ਇਹ ਹੈਗਾ, ਪਹਿਲ ਵਾਈਫ ਆਫ ਅਭਿਸ਼ੇਕ ਸਾਨੀ, ਇਹ ਮਤਲਬ ਕਿ ਫੁੱਲ ਟਰਮ ਪ੍ਰੈਗਨੈਂਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਂਸ਼ਨ, ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਇਹਦਾ BP ਜਿਹੜਾ ਹੈਗਾ 153/107, ਇਹਨੂੰ ਹਾਈਪਰ ਟੈਂਸਿਵ ਹੈ, ਹਾਈ ਰਿਸਕ ਪ੍ਰੈਗਨੈਂਸੀ ਦਾ ਕੇਸ ਸੀਗਾ। ਦੂਸਰਾ ਪੁਆਇੰਟ ਇਹ ਹੈ ਵੀ ਇੱਥੇ ਜਿਹੜੀ ਹੈਗੀ ਆ ਸਾਡੇ ਕੋਲ, ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਉੱਚ ਅਧਿਕਾਰੀਆਂ ਨੂੰ ਵੀ ਕੋਈ ਗਾਇਨੀ ਸਪੈਸਲਿਸਟ ਨਹੀਂ ਹੈ, ਜੋ ਪਹਿਲਾਂ ਡਾਕਟਰ ਇੱਕ ਗਾਇਨੀ ਸਪੈਸਲਿਸਟ ਸੀ ਉਹ ਰਿਜਾਇਨ ਕਰ ਚੁੱਕੇ ਨੇ, ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹਾਇਰ ਅਥੋਰਟੀ ਨੂੰ ਦੱਸਦੇ ਹੈਗੇ ਹਾਂ। ਅਤੇ ਗਾਇਨੀ ਸਪੈਸਲਿਸਟ ਨਾ ਹੋਣ ਕਰਕੇ ਜਿਹੜੇ ਨੋਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸ ਔਨ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ, ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ, ਕਿਉਂਕਿ ਇਹਦਾ BP ਜ਼ਿਆਦਾ ਹੈ, ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਆ, ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਇਹ ਸਾਡੇ ਸਟਾਫ ਨਰਸ ਔਨ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਕਾਇਦਾ ਐਜ਼ ਪਰ ਰਿਕੋਰਡ ਨੋਟਡ ਹੈ, ਉਹ ਅਸੀਂ ਫਿਰ ਹਾਇਰ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹੋਸਪਿਟਲ ਲੁਧਿਆਣੇ ਰੈਫਰ ਕਰਦੇ ਹਾਂ, ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ 'ਚ ਸਲਿੱਪ 'ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਜ਼ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇੱਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਲ ਹੋਸਪਿਟਲ ਲੁਧਿਆਣਾ। ਗਾਇਨੀ ਦੀ ਗੱਲ ਕਰੀਏ, ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ? ਇਹ ਤਕਰੀਬਨ 5-6 ਮਹੀਨੇ ਹੋ ਗਏ ਹੈਗੇ ਆ, ਉਹ ਸਾਡੇ ਕੋਲ ਗਾਇਨੀ ਸਪੈਸਲ ਜਿਹੜੇ ਸੀਗੇ ਉਹ ਰਿਜਾਇਨ ਕਰਤਾ ਉਹਨਾਂ ਨੇ ਆਪਣੀ ਵਿਲਿੰਗ, ਕੋਈ ਫੈਮਿਲੀ ਇਸ਼ੂ ਹੋਣ ਕਰਕੇ, ਅਸੀਂ ਉਹਦੇ ਰਿਗਾਰਡਿੰਗ ਜਿਹੜੇ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੂਟੀਨ ਦੇ ਵਿੱਚ ਲਿਖਦੇ ਰਹਿੰਦੇ ਹੈਗੇ ਹਾਂ, ਅਤੇ ਹੁਣ ਵੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਜਿਹੜੇ ਹੈੱਡ ਡਿਪਾਰਟਮੈਂਟ ਹੈਗਾ ਉਹ ਇਸ ਇਲਾਕੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ ਜਾਂ ਇੱਥੇ ਪੱਕੇ ਤੌਰ 'ਤੇ ਜਿਹੜਾ ਗਾਇਨੀ ਸਪੈਸਲਿਸਟ ਅਪੁਆਇੰਟ ਕਰ ਦੇਣ, ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸੰਸਥਾ ਦੀ ਸਹੂਲਤ ਵਾਸਤੇ ਬਹੁਤ ਅੱਛਾ। ਇਹ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਾਰਮੋਨ ਏਰੀਆ ਹੈਗਾ, ਅਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਹਾਂ। ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ, ਚਾਹੇ ਉਹ ਮੈਨ ਪਾਵਰ ਘੱਟ ਹੈ, ਬਟ ਘੱਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਕਰਦੇ ਰਹਾਂਗੇ।